हाँ जी सारे ही भरावों सत श्री अकाल। अज पिंड धर्मगोड़ दे विच जिहड़ा फील्ड सीगा मेरा जिहड़ा अज राउंड इहदे विच जानवर घरां दे विच बहुत बहुत चंगे चंगे देखे आ पर गां नॉलेज बहुत घट आ इधर ते नॉलेज हुण काले वीर नाल करके गलबात उहनूं कहिंदे भरा जिहड़ी ब्रीड आ चंगी खिच कर माड़ी जी तुसीं साथ दे साडा ਤੇ ਕਰਦੇ ਆ ਬਾਈ ਨਾਲ ਗੱਲ। ਕੀ ਹਾਲ ਆ ਬਾਈ? ਸਤਿ ਸ਼੍ਰੀ ਅਕਾਲ ਜੀ। ਵਧੀਆ ਜੀ। ਕੀ ਹਾਲ ਆ ਜੀ? ਵਧੀਆ ਜੀ। ਵੀਰ ਜੀ ਨਾਮ ਕੀ ਹੈ ਜੀ? ਤਲਵਿੰਦਰ ਜੀ ਦੀ। ਤੇ ਪਿੰਡ? ਰਸੂਲਪੁਰ ਜੀ। ਤੇ ਜ਼ਿਲ੍ਹਾ? ਮੋਗਾ ਜੀ। ਤਹਿਸੀਲ? ਧਰਮਗੋੜ ਜੀ। ਧਰਮਗੋੜ ਹਾਂਜੀ। ਤੇ ਇਹ ਜੋ ਆਪਾਂ ਜਾਨਵਰ ਵਿਖਾਉਣ ਲੱਗੇ ਆ ਹਾਂਜੀ ਇਹ ਆਪਣਾ ਘਰ ਦੀ ਆ? ਨਹੀਂ ਵੀਰੇ ਮੈਂ ਮੁੱਲ ਲਿਆਦੀ ਸੀ ਤੋਕੜ ਮਾਈ ਸੀ। ਅੱਛਾ ਤੋਕੜ ਮਾਈ। ਤੋਕੜ ਮਾਈ ਦੇ ਥੱਲੇ ਕਿੰਨਾ ਦੁੱਧ ਸੀ ਵੀਰੇ? ਉਹਦੇ ਥੱਲੇ ਸੀ 8 ਕਿਲੋ ਦੁੱਧ। 8 ਕਿਲੋ ਹਾਂਜੀ। ਤੇ ਮਗਰ ਇਹ ਪਤਾ ਕਿਹੜੇ ਸੀਮਰ ਦੀ ਆ? ਨਹੀਂ ਵੀਰੇ ਮੈਂ ਇਹ ਤੋਕੜ ਨਹੀਂ, ਮੇਰੇ ਸੱਜਰ ਗਾਂ ਸੂਈ ਸੀ ਮੱਝ ਉਹਦੇ ਮਗਰ ਕੱਟੀ ਸੀ ਉਹ ਮੈਂ ਵੇਚ ਦਿੱਤੀ ਸੀ ਚੰਗੀ ਬਰੀਡਿੰਗ ਦੀ ਸੀ ਉਦੋਂ ਮੈਂ 95 ਦਾ ਸੀਮਨ ਲਵਾਇਆ ਇਹਦੇ 95 ਚੋਂ ਮੁਰਗੇ ਤਿਆਰ ਹੋਈ। ਅੱਛਾ ਦੋਸਤੋ ਜਿਹੜੀ ਨੀਲੀ ਰਾਵੀ ਦੀ ਇਹ ਕੱਟੀ ਆ ਬਹੁਤ ਚੰਗੀ ਝੋਟੀ ਆ ਅਤੇ ਥੋੜ੍ਹੀਆਂ ਜਿਹੀਆਂ ਇਹਦੇ 'ਚ ਕਮੀਆਂ ਪੇਸ਼ੀਆਂ ਹੈਗੀਆਂ ਉਹ ਮੈਂ ਦੱਸ ਦਿੰਦਾ ਕੀ ਆ ਅਤੇ ਬਾਕੀ 95 ਦਾ ਇਹਦੇ 95 ਦਾ ਬਾਪ ਆ ਜਿਹੜਾ ਨੀਲੀ ਰਾਵੀ ਵਾਲਾ ਝੋਟੀ ਚੰਗੀ ਆ ਅੱਖਾਂ ਦੀ ਆ ਥੋੜ੍ਹੀ ਜਿਹੀ ਕੱਖ ਬਰੜੀ ਜੀ ਮਾੜਾ ਜਿਹਾ ਮਾਰਦੀ ਪਾ ਪਰ ਜਵਾਬ ਹੈਗਾ ਉਹਦੇ ਵਿੱਚ ਸ਼ੌਕੀਨ ਹੈ ਝੋਟੀ ਪੂਰੀ ਸਿੰਗਾ ਸੁੰਗਾ ਦੀ ਜਿਹੜੀ ਬਹੁਤ ਚੰਗੀ ਆ ਆਉਣ ਵਾਲੇ ਟਾਈਮ ਦੇ ਵਿੱਚ ਚੰਗੀ ਝੋਟੀ ਤਿਆਰ ਹੋਊਗੀ ਜਦੋਂ ਕਮੀ ਪੇਸ਼ੀ ਇਹ ਆ ਵੀ ਉਮਰ ਇਹਦੀ ਜ਼ਿਆਦਾ ਲੱਗਦੀ ਵੀ ਮੈਨੂੰ ਉਮਰ ਹੈਗੀ ਕਾਰਗਲ ਦੀ ਜਾਂ ਕੋਈ ਹੋਰ ਜਿਵੇਂ ਪ੍ਰੋਡਕਟ ਚੱਲਦੇ ਪਏ ਆਪਣੇ ਉਹ ਇਹਨੂੰ ਦੇ ਤਾਂ ਜੋ ਇਹ ਆਉਣ ਵਾਲੇ ਟਾਈਮ ਦੇ ਵਿੱਚ ਪੂਰੀ ਪ੍ਰੋਪਰ ਸਹੀ ਤਰੀਕੇ ਨਾਲ ਇਹ ਆਪਦਾ ਵੇਟ ਗੇਨ ਕਰ ਸਕੇ ਜਾਨਵਰ ਚੰਗੇ ਆ ਬਾਕੀ ਝੋਲੀ ਝਾੜੀ ਚੰਗੀ ਆ ਆਉਣ ਵਾਲੇ ਟਾਈਮ ਦੇ ਚੰਗੀ ਝੋਟੀ ਤਿਆਰ ਹੋਣੀ ਹੈ ਇਹ ਜੇ ਬਾਈ ਕੋਲ ਰਹੀ ਸਾਂਭ ਰੱਖੀ ਬਾਈ ਨੇ ਤਾਂ ਫਿਰ ਗੇੜਾ ਮਾਰਾਂਗੇ ਜਦੋਂ ਸੂਗੀ ਉਦੋਂ ਚੰਗੇ ਦੁੱਧ 'ਤੇ ਚੱਲੂਗੀ ਇਹ ਵੀ ਮੇਰੀ ਤੁਹਾਡੇ ਨਾਲ ਮੈਂ ਇੱਕ ਵਾਅਦਾ ਹੀ ਕਰਦਾ ਅੱਜ ਕਿਉਂਕਿ ਪਸ਼ੂ ਬਹੁਤ ਵੇਖੇ ਦੇ ਆ ਵੇਖੋ ਛੋਟੇ ਟਾਈਮ ਦੇ ਵਿੱਚ ਜਿਹੜੀ ਇਹਦਾ ਜਿਹੜਾ ਹਵਾਨੇ ਦੀ ਤੱਕ ਬਹੁਤ ਦਿੰਦੀ ਹੈ ਬਾਕੀ ਜਦੋਂ ਇਹ ਸੂਗੀ ਉਦੋਂ ਆਪਾਂ ਇਹਦੀ ਵੀਡੀਓ ਉਦੋਂ ਵੀ ਕਵਰ ਕਰਾਂਗੇ ਜਾਂ ਬਾਈ ਜਿੱਥੇ ਵੇਚੂਗਾ ਆਪਾਂ ਉੱਥੇ ਹੀ ਜਾ ਕੇ ਇਹਦੀ ਵੀਡੀਓ ਕਵਰ ਕਰਾਂਗੇ ਬਾਈ ਤੋਂ ਡਿਟੇਲ ਰੱਖਾਂਗੇ ਵੀ ਬਾਈ ਇਹਦੀ ਡਿਟੇਲ ਵੀ ਰੱਖੀ ਅਤੇ ਬਾਈ ਹੁਣ ਚੰਗਾ ਸੀਮਨ ਵਰਤੇਗਾ? ਹਾਂ ਵੀਰੇ ਪੱਕੀ ਗੱਲ ਆ? ਹਾਂ ਵੀਰੇ 100% ਕਿਉਂਕਿ ਮੈਨੂੰ ਬਰੀਡਿੰਗ ਦਾ ਬਹੁਤ ਸ਼ੌਂਕ ਜ਼ਿਆਦਾ ਉਹਦੀ ਮਾਂ ਕਿਸੇ ਕਾਰਨ ਮੈਨੂੰ ਵੇਚਣੀ ਪੈ ਗਈ। ਅੱਛਾ ਜੀ। ਹਾਂ ਘਰੇ ਪ੍ਰੋਬਲਮ ਆ ਜਾਂਦੀਆਂ ਨੇ। ਚਲੋ ਤਾਂ ਯਾਰ 100% ਇਰਾਦਾ ਹੁੰਦਾ ਕੋਈ ਵੀ ਮੈਂ ਇਹ ਨਹੀਂ ਕਹਿੰਦਾ ਵੀ ਜੋ ਕਿਉਂ ਵੇਚੀ ਜਾਂ ਕਿਵੇਂ ਪਰ ਮੈਂ ਆਉਣਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਨੀਲੀ ਰਾਵੀ ਦਾ ਸੀਮਨ ਵਰਤੋ ਜੇ ਆਪਣੇ ਕੋਲ ਮੱਥੇ 'ਚ ਬਲ ਆ ਠੀਕ ਆ ਅਤੇ ਅੱਖਾਂ ਥੋੜ੍ਹੀਆਂ ਬਹੁਤੀਆਂ ਨੀਲੀਆਂ ਜਾਂ ਮਗਰਲੇ ਪੈਰ ਚਿੱਟੇ ਆ ਠੀਕ ਆ ਬੋਡੀ ਢਾਂਚਾ ਮਾੜਾ ਮੋਟਾ ਵੇਖ ਲਿਆ ਕਰੋ ਇੰਨੇ ਤੁਸੀਂ ਵੀ ਚਲੋ ਜਵਾਕ ਨਹੀਂ ਹੈਗੇ ਹੁਣ ਆਉਣ ਵਾਲੇ ਟਾਈਮ 'ਚ ਤੁਸੀਂ ਮਚੋਰ ਹੋਣਾ ਬਾਈ ਪਰ ਇਹਨਾਂ ਦੋ ਚਾਰ ਗੱਲਾਂ ਦਾ ਧਿਆਨ ਰੱਖੋ ਇੱਕ ਆਪਦੇ ਡਾਕਟਰ ਸਾਹਿਬਾਨ ਨੂੰ ਇਹ ਕਹੋ ਵੀ ਜਦੋਂ ਨੀਲੀ ਰਾਵੀ ਦਾ ਸੀਮਨ ਵਰਤਣਾ ਨਾ ਜਿਹੜਾ ਨੀਲੀ ਰਾਵੀ ਦੀਆਂ ਮੱਝਾਂ ਦੀ ਵਰਤੇ ਠੀਕ ਹੈ ਅਤੇ ਮੋਹਰਾਂ ਦਾ ਸੀਮਨ ਮੋਹਰਾਂ ਦੇ ਵਰਤੇ ਡਾਕਟਰ ਸਾਹਿਬਾਨ ਆਉਂਦੇ ਆ ਨੀਲੀ ਰਾਵੀ ਦਾ ਜਿਹੜਾ ਹੁੰਦਾ ਸੀਮਨ ਉਹ ਨਹੀਂ ਵਰਤਦੇ ਕਈ ਵਾਰੀ ਮੋਹਰਾਂ ਲਾ ਜਾਂਦੇ ਕਿਉਂਕਿ ਹੁੰਦਾ ਨਹੀਂ ਉਹਨਾਂ ਕੋਲ ਇੱਕ ਬਾਈ ਹੋਰ ਸੀ ਆ ਜੇ ਮੰਨ ਲਓ ਡਾਕਟਰ ਸਾਹਿਬਾਨ ਕੋਲ ਨੀਲੀ ਰਾਵੀ ਦਾ ਸੀਮਨ ਨਹੀਂ ਹੈਗਾ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਡੀਲਰ ਨਾਲ ਜਾਂ ਕੋਈ ਹੋਰ ਤੁਹਾਡੇ ਇੱਥੇ ਨੇੜੇ ਤੇੜੇ ਜਿਵੇਂ ਕਿ ਕਈਆਂ ਕੋਲ ਸੀਮਾ ਸਟਰਾ ਹੁੰਦੇ ਆ ਨੀਲੀ ਦੇ ਉਹ ਡਾਕਟਰ ਸਾਹਿਬਾਨ ਦਾ ਸਿਲੰਡਰ ਲੈ ਲਿਆ ਕਰੋ ਜਾਂ ਉਹਦੇ ਵਿੱਚ ਸਟਰਾ ਰੱਖ ਲਿਆ ਕਰੋ ਅਤੇ ਜਿਹੜੀ ਹੀਟ ਆ ਉਹ ਇੱਕ ਅੱਧੀ ਛਡਾ ਦਿਆ ਕਰੋ ਕੋਈ ਐਡੀ ਦਿੱਕਤ ਨਹੀਂ ਹੈਗੀ 21-22 ਦਿਨਾਂ ਬਾਅਦ ਡੰਗਰ ਦੁਬਾਰਾ ਰਿਪੀਟ ਹੋ ਜਾਂਦਾ ਕੋਈ ਵੱਡੀ ਗੱਲ ਨਹੀਂ ਹੈਗੀ ਅਤੇ ਚੰਗਾ ਸੀਮਨ ਵਰਤੋ ਅਤੇ ਤੁਹਾਡਾ ਬਾਈ ਬਹੁਤ ਧੰਨਵਾਦ ਜਿਹੜਾ ਤੁਸੀਂ ਮੌਕਾ ਦਿੱਤਾ ਅਤੇ ਇੰਨਾ ਪਿਆਰ ਕਰਦੇ ਪਏ ਹੋ ਸਾਰੇ ਵੀਰ ਧੰਨਵਾਦ ਬਾਈ ਤਹਿ ਦਿਲੋਂ ਧੰਨਵਾਦ।